ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਭ ਤੋਂ ਪਹਿਲਾਂ ਤਾਂ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਅਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਨਵਾਂ ਚੈਨਲ ਕਰੋ ਸਬਸਕ੍ਰਾਈਬ, ਤੁਹਾਡੀ ਸਕਰੀਨ ਦੇ ਸੱਜੇ ਹੱਥ ਉੱਪਰ ਲਿੰਕ ਫਲੈਸ਼ ਹੋ ਰਿਹਾ ਆਪਣੇ ਚੈਨਲ ਦਾ, ਉਸ 'ਤੇ ਕਲਿੱਕ ਕਰਕੇ ਆਪਣਾ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ। ਨਾਲ ਹੀ ਵੀਰੇ ਨੀਚੇ ਸਕਰੀਨ 'ਤੇ ਆਪਣੇ ਚੈਨਲ ਦੀ ਹੈਲਪਲਾਈਨ ਨੰਬਰ ਸ਼ੋ ਹੋ ਰਿਹਾ, ਜੋ ਕਿਸੇ ਵੀਰਾਂ ਨੇ ਕੋਈ ਵੀ ਮਸ਼ੀਨਰੀ ਦੀ ਐਡ ਕਰਵਾਉਣੀ ਹੋਵੇ ਉਹ ਆਪਾਂ ਨੂੰ ਇਸ ਨੰਬਰ 'ਤੇ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਸੈਂਡ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ 'ਤੇ ਕਰ ਦਿਆਂਗੇ। ਸੋ ਥੈਂਕ ਯੂ ਵੀਰੇ। ਅੱਜ ਵੀਰੇ ਆਪਣੇ ਕੋਲ 3 ਚੀਜ਼ਾਂ ਨੇ ਸੇਲ ਲਈ। ਇੱਕ ਵੀਰੇ ਟਰੈਕਟਰ ਹੈ ਅਰਜੁਨ 605 DI, ਟਰਾਲੀ ਹੈ 11 ਫੁੱਟੀ, ਅਤੇ ਇੱਕ ਵੀਰੇ ਆਈਕਨ ਗੱਡੀ ਹੈ। ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਆਪਾਂ ਅਰਜੁਨ 605 DI ਟਰੈਕਟਰ ਬਾਰੇ। 2011 ਮਾਡਲ ਹੈ ਵੀਰੇ ਟਰੈਕਟਰ। ਟਰੈਕਟਰ ਦੇ ਟਾਇਰ ਨੇ, ਪਿਛਲੇ ਟਾਇਰ 70 ਪੈਸੇ ਨੇ, ਅਗਲੇ ਟਾਇਰ ਵੀਰੇ 80 ਪੈਸੇ ਨੇ। ਸਾਈਡ ਗੇਅਰ ਹੈ, ਰਿਵਰਸ PTO, ਪਾਵਰ ਸਟੇਅਰਿੰਗ ਸਾਰਾ ਓਰਿਜਨਲ ਟਰੈਕਟਰ ਹੈ ਵੀਰੇ। ਬੰਪਰ ਟੂ ਲੈਂਕਾਂ ਓਰਿਜਨਲ ਪੇਂਟ ਹੈ, ਕੋਈ ਡੈਂਟ ਨਹੀਂ, ਕੋਈ ਸਕਰੈਚ ਨਹੀਂ, ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਇਕਦਮ ਸਿੱਕੇਬੰਦ ਇੰਜਣ ਹੈ ਵੀਰੇ। ਟਰੈਕਟਰ ਵੀਰੇ 57-60 ਹਾਊਸ ਪਾਵਰ ਕੈਟਾਗਰੀ ਦਾ ਟਰੈਕਟਰ ਹੈ, ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ। ਇੰਜਨ ਪੰਪ ਗੇਅਰ ਸਭ ਓਕੇ ਹੈ। ਬਾਡੀ ਚਾਸੀ ਲੈਂਕਾਂ ਦਾ ਰੰਗ ਤੁਹਾਡੇ ਸਾਹਮਣੇ ਆ, ਬਹੁਤ ਸੋਹਣਾ ਟਰੈਕਟਰ ਹੈ ਵੀਰੇ। ਕਿਤੋਂ ਰੰਗ ਲਿਆ ਨਹੀਂ, ਕਿਤੇ ਦੁਬਾਰੇ ਪੇਂਟ ਨਹੀਂ ਹੋਇਆ। ਡਿਮਾਂਡ ਰੱਖੀ ਗਈ ਹੈ ਵੀਰੇ ਜਿਹੜੀ, 4,20,000 ਰੁਪਇਆ ਡਿਮਾਂਡ ਰੱਖੀ ਗਈ ਹੈ ਵੀਰ ਵੱਲੋਂ। ਬਾਕੀ ਮਾਲਕ ਵੀਰ ਦਾ ਨੰਬਰ ਆ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਏਰੀਆ ਵੀਰੇ ਨਸ਼ਹਿਰਾ ਪਣੂਆ ਦੇ ਲਾਗੇ ਪਿੰਡ ਹੈ ਵੀਰਾਂ ਦਾ, ਜਿਹੜਾ ਤਰਨ ਤਾਰਨ ਦਾ, ਉੱਥੇ ਟਰੈਕਟਰ ਖੜਾ ਆਪਣੇ ਵੀਰਾਂ ਕੋਲ। ਨੰਬਰ ਆ ਮਾਲਕ ਵੀਰ ਦਾ, ਤੁਹਾਨੂੰ ਦੇ ਦਿੱਤਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ। ਸੋ ਅਗਲੀ ਗੱਲ ਕਰਨ ਲੱਗੇ ਵੀਰੇ ਆਪਾਂ ਟਰਾਲੀ ਬਾਰੇ। ਹਾਂਜੀ ਵੀਰੇ, ਆਪਾਂ ਜੋ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ, 11 ਫੁੱਟ ਲੰਬੀ, 6.5 ਫੁੱਟ ਚੌੜੀ ਹੈ ਵੀਰੇ। ਟਰਾਲੀ 2018 ਮਾਡਲ ਹੈ, ਬਿਲਕੁਲ ਨਵੀਂ ਟਰਾਲੀ ਹੈ ਵੀਰੇ। ਟਰਾਲੀ ਡਬਲ ਟਾਇਰੀ ਹੈ, ਸਾਦੀ ਟਰਾਲੀ ਹੈ, ਲਿਫਟ ਪੰਪ ਨਹੀਂ ਲੱਗਿਆ। ਵੈਸੇ ਟਰਾਲੀ ਵੀਰੇ ਬਹੁਤ ਹੈਵੀ ਬਣੀ ਵੀ ਹੈ, ਬਹੁਤ ਟੌਪ ਕਲਾਸ ਦੀ ਚਾਦਰ ਲੱਗੀ ਵੀ ਹੈ, ਫਰਸ਼ ਵਗੈਰਾ ਬਿਲਕੁਲ ਸਾਫ਼ ਹੈ ਵੀਰੇ, ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਤਾਜ਼ੀ ਟਰਾਲੀ ਹੈ। ਚੈਨਰ ਵਗੈਰਾ ਗਾਡਰ ਬਹੁਤ ਹੈਵੀ ਲੱਗੇ ਹੋਏ ਨੇ, ਕੋਈ ਕਿਸੇ ਤਰ੍ਹਾਂ ਦੀ ਕੋਈ ਫਾਲਟ ਨਹੀਂ ਟਰਾਲੀ ਦੇ ਵਿੱਚ, ਬਿਲਕੁਲ ਨਵੀਂ ਟਰਾਲੀ ਹੈ। ਰੰਗ ਵਗੈਰਾ ਸਭ ਵੀਰੇ ਬਿਲਕੁਲ ਤਾਜ਼ਾ ਹੈ। ਟਰਾਲੀ ਦੀ ਡਿਮਾਂਡ ਰੱਖੀ ਗਈ ਹੈ ਵੀਰੇ 95,000 ਰੁਪਇਆ ਡਿਮਾਂਡ ਰੱਖੀ ਗਈ ਹੈ। ਏਰੀਆ ਵੀਰਾਂ ਦਾ ਮਾਂਗੇਵਾਲ ਪਿੰਡ ਹੈ, ਨੇੜੇ ਖੰਨੇ ਦੇ, ਉੱਥੇ ਟਰਾਲੀ ਖੜੀ ਹੈ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ। ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਵੀਰੇ, ਬਿਲਕੁਲ ਨਵੀਂ ਟਰਾਲੀ ਹੈ। 11x6.5 ਫੁੱਟੀ ਟਰਾਲੀ ਹੈ, 2018 ਮਾਡਲ, ਡਬਲ ਟੈਰੀ ਹੈ, ਬਹੁਤ ਹੈਵੀ ਫਰਸ਼ ਲੱਗਿਆ ਹੋਇਆ, ਟੌਪ ਕਲਾਸ ਚਾਦਰ ਦੀ,
ਤੇ ਬਹੁਤ ਹੀ ਹੈਵੀ ਗਾਰਡਰ ਦੇ ਚੈਨਰ ਨੇ ਮੇਰੇ, ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਤਾਜ਼ੇ ਟਾਇਰ ਨੇ। ਨੰਬਰ ਤੁਹਾਨੂੰ ਮਾਲਕ ਵੀਰ ਦਾ ਦੇ ਦਿੱਤਾ, ਉਸ ਨੰਬਰ ਤੇ ਕਾਲ ਕਰਕੇ ਟਾਲੇ ਤੁਸੀਂ ਖਰੀਦ ਸਕਦੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਜੋ ਤੁਹਾਨੂੰ ਗੱਡੀ ਦਿਖਾ ਰਹੇ ਹਾਂ, ਆਈਕਨ ਗੱਡੀ ਹੈ ਵੀਰੇ, 2005 ਮਾਡਲ। ਗੱਡੀ ਜਿਹੜੇ ਟਾਇਰ ਨੇ 60 ਪੈਸੇ ਦੇ ਕਰੀਬ ਨੇ, ਸਾਰੀ ਓਰਿਜਿਨਲ ਗੱਡੀ ਆ, ਬੰਪਰ ਟੂ ਬੰਪਰ, ਕੋਈ ਸਕਰੈਚ ਨਹੀਂ, ਕੋਈ ਡੈਂਟ ਨਹੀਂ ਵੀਰੇ, ਕੋਈ ਐਕਸੀਡੈਂਟ ਨਹੀਂ, ਬਿਲਕੁਲ ਸਾਫ਼ ਸੁਥਰੀ ਗੱਡੀ ਹੈ। ਬਹੁਤ ਟੋਪ ਕੁਆਲਿਟੀ ਦਾ ਰੰਗ ਪਿਆ ਵੀਰੇ, ਟੋਪ ਕੁਆਲਿਟੀ ਦੀ ਅਸੈਸਰੀ ਲੱਗੀ ਹੈ, ਇੰਟੀਰੀਅਰ ਵਗੈਰਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ, ਸਰਵਿਸ ਵਗੈਰਾ ਕੰਪਲੀਟ ਹੈ ਵੀਰੇ, ਸਰਵਿਸ ਨਵੀਂ ਨਵੀਂ ਹੋਈ ਹੈ ਗੱਡੀ ਦੀ, ਪੇਪਰ ਸਾਰੇ ਕੰਪਲੀਟ ਨੇ, ਇੰਸ਼ੋਰੈਂਸ ਹੋਇਆ ਵਿਆ, ਪ੍ਰੋਪਰ ਪਰਫੈਕਟ ਗੱਡੀ ਹੈ ਵੀਰੇ, ਕੋਈ ਕਮੀ ਪੇਸ਼ੀ ਨਹੀਂ। ਇੰਜਨ ਪੰਪ ਦੀ ਬਹੁਤ ਵਧੀਆ ਕੰਡੀਸ਼ਨ ਹੈ, ਸਿੱਕੇਬੰਦ ਇੰਜਨ ਹੈ, ਗੇਅਰ ਵੀਰੇ ਓਕੇ ਕੰਡੀਸ਼ਨ ਦੇ ਵਿੱਚ ਹੈ, ਕੋਈ ਰਿਪੇਅਰ ਦੀ ਜ਼ਰੂਰਤ ਨਹੀਂ। ਫੈਂਸੀ ਨੰਬਰ ਲੱਗਿਆ ਹੋਇਆ ਪੰਜਾਬ ਦਾ ਵੀਰੇ, ਬਹੁਤ ਵਧੀਆ ਕੁਆਲਿਟੀ ਦੀ ਗੱਡੀ ਹੈ, ਡਿਮਾਂਡ ਰੱਖੀ ਗਈ ਵੀਰੇ ਜਿਹੜੀ, ਉਹ 1 ਲੱਖ ਰੁਪਇਆ ਡਿਮਾਂਡ ਰੱਖੀ ਗਈ ਹੈ ਮਾਲਕ ਵੀਰ ਵੱਲੋਂ। ਨੰਬਰ ਆ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ। ਏਰੀਆ ਵੀਰੇ ਮਾਂਗੇਵਾਲ ਪਿੰਡ ਹੈ, ਨੇੜੇ ਖੰਨਾ, ਉੱਥੇ ਜਿੱਥੇ ਵੀਰਾਂ ਕੋਲ ਟਰਾਲੀ ਖੜੀ ਹੈ ਉੱਥੇ ਹੀ ਗੱਡੀ ਵੀ ਖੜੀ ਹੈ, ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਜਾ ਕੇ ਖਰੀਦ ਸਕਦੇ ਹੋ। ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਵੀਰੇ, ਬਹੁਤ ਟੋਪ ਕੁਆਲਿਟੀ ਦਾ ਕਲਰ ਹੈ, ਬੰਪਰ ਟੂ ਬੰਪਰ ਓਰਿਜਿਨਲ ਗੱਡੀ ਹੈ, ਓਰਿਜਿਨਲ ਇੰਟੀਰੀਅਰ ਲੱਗਿਆ ਪਿਆ ਵੀਰੇ, ਸਰਵਿਸ ਵਗੈਰਾ ਸਭ ਟਾਈਮ ਤੇ ਹੁੰਦੀ ਹੈ ਜੀ ਗੱਡੀ ਦੀ, ਇੰਸ਼ੋਰੈਂਸ ਪੇਪਰ ਸਭ ਓਕੇ ਹੈ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ, ਸਾਰਿਆਂ ਦਿਲੋਂ ਧੰਨਵਾਦ ਹੈ, ਜੁੜੇ ਰਹੋ ਇਸੀ ਤਰ੍ਹਾਂ ਆਪਣੇ ਚੈਨਲ ਦੇ ਨਾਲ, ਅਤੇ ਜਿਹੜੇ ਵੀਰਾਂ ਨੇ ਹਾਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ, ਨਾਲ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਹੈ, ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ। ਨਾਲ ਹੀ ਵੀਰੇ ਡਿਸਕ੍ਰਿਪਸ਼ਨ 'ਚ ਆਪਾਂ ਲਿੰਕ ਦਿੱਤਾ ਹੋਇਆ ਆਪਣੇ ਨਵੇਂ ਚੈਨਲ ਦਾ, ਉਸ ਲਿੰਕ 'ਤੇ ਕਲਿੱਕ ਕਰਕੇ ਆਪਣਾ ਨਵਾਂ ਚੈਨਲ ਵੀ ਸਬਸਕ੍ਰਾਈਬ ਕਰ ਲਓ, ਤਾਂ ਕਿ ਆਉਣ ਵਾਲੀ ਜੋ ਉਸ ਚੈਨਲ ਦੇ ਵੀਡੀਓਜ਼ ਪੈਣ ਉਹ ਵੀ ਤੁਹਾਡੇ ਲਈ ਲੈ ਕੇ ਆ ਸਕੀਏ, ਅਤੇ ਤੁਹਾਡੇ ਲਈ ਫਾਇਦੇਮੰਦ ਹੋਣ। ਟਰੈਕਟਰ ਮੰਡੀ ਲਈ ਵੀਰੇ ਉਹ ਚੈਨਲ ਬਣਾਇਆ ਆਪਾਂ, ਉਸ 'ਤੇ ਵੀ ਜਦੋਂ 500 ਸਬਸਕ੍ਰਾਈਬਰ ਹੋ ਗਏ ਆਪਾਂ ਵੀਡੀਓ ਅਪਲੋਡ ਕਰਨ ਲੱਗ ਜਾਣਾ। ਸੋ ਜਲਦੀ ਜਲਦੀ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਵੀ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਉਹਦੇ 500 ਸਬਸਕ੍ਰਾਈਬਰ ਕਰ ਦਿਓ ਪੂਰੇ, ਤਾਂ ਕਿ ਤੁਹਾਡੇ ਲਈ ਰੋਜ਼ 2 ਵੀਡੀਓ ਆ ਸਕਣ। ਸੋ ਥੈਂਕ ਯੂ ਵੀਰੇ, ਵੀਡੀਓ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ ਵੀਰੇ, ਆਪਾਂ ਜੋ ਤੁਹਾਨੂੰ ਗੱਡੀ ਦਿਖਾ ਰਹੇ ਹਾਂ, ਆਈਕਨ